ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਮਨਦੀਪ ਕੌਰ ਸਿੱਧੂ ਅਤੇ ਅੱਜ ਅਸੀਂ ਫਲੋਰਨ ਫੈਰੀ ਅੰਮ੍ਰਿਤਸਰ ਦੇ ਵਿੱਚ ਅਸੀਂ ਮੌਜੂਦ ਹਾਂ। ਵਨ ਆਫ ਦ ਬੈਸਟ ਬੇਕਰੀ ਆਈ ਲਾਈਕ, ਜਿਹੜੀ ਮੇਰੀ ਪਰਸਨਲੀ ਮੈਨੂੰ ਬਹੁਤ ਪਸੰਦ ਆ, ਐਂਡ ਵਨ ਆਫ ਦ ਮੋਸਟ ਬਿਊਟੀਫੁਲ ਕੇਕਸ ਤੁਸੀਂ ਅੰਮ੍ਰਿਤਸਰ ਦੇ ਵਿੱਚ ਇਸ ਬੇਕਰੀ ਤੋਂ ਵੀ ਕੈਨ ਆਰਡਰ, ਐਂਡ ਬਹੁਤ ਹੀ ਨਾਈਸ। ਅਵਿਰੁਚੀ ਐਂਡ ਪ੍ਰਵੇਜ਼ ਇੱਕ ਕਪਲ ਇਹਨੂੰ ਰਨ ਕਰਦਾ, ਐਂਡ ਵੀ ਹੈਵ ਸੀਨ ਦੈਮ ਮੈਨੀ ਟਾਈਮਸ ਪ੍ਰਜੈਂਟਿੰਗ ਲੋਟ ਆਫ ਬਿਊਟੀਫੁਲ ਕੇਕਸ ਔਨ ਇੰਟਰਨੈਟ ਅਤੇ ਬਹੁਤ ਸਾਰੇ ਮੈਗਜ਼ੀਨਸ 'ਚ ਵੀ ਅਸੀਂ ਇਹਨਾਂ ਨੂੰ ਕਵਰ ਹੁੰਦੇ ਦੇਖਿਆ। ਸੋ ਬਹੁਤ ਹੀ ਅੱਛਾ ਲੱਗਾ ਜਦੋਂ ਕੁਛ ਮੰਥਸ ਪਹਿਲਾਂ ਮੈਂ ਪ੍ਰਵੇਜ਼ ਨੂੰ ਮਿਲੀ, ਫਲੋਰਨ ਫੈਰੀ ਬੇਕਰੀ ਜੋ ਕਿ ਅੰਮ੍ਰਿਤਸਰ ਦੇ ਵਿੱਚ ਆ, ਕਿ ਉਹਨਾਂ ਨੇ ਮੈਨੂੰ ਸੁਜੈਸ਼ਨ ਦਿੱਤਾ ਕਿ ਤੁਸੀਂ 50,000 ਸ਼ੂ ਟੂ ਗਿਵ ਮਿਸ਼ਨ ਨੂੰ ਡੈਡੀਕੇਟ ਕਰੋ, ਇੱਕ ਡੋਨੇਸ਼ਨ ਬਾਕਸ ਜੋ ਕਿ ਤੁਸੀਂ ਸਾਡੇ ਇੱਥੇ ਆਊਟਲੈਟ ਵਿੱਚ ਰੱਖ ਸਕਦੇ ਹੋ। ਸੋ ਬਹੁਤ ਵਾਰੀ ਮੇਰੇ ਖੁਦ ਦੇ ਮਨ ਵਿੱਚ ਵੀ ਬੜੀ ਵਾਰ ਖਿਆਲ ਆਇਆ ਕਿ ਡੋਨੇਸ਼ਨ ਬਾਕਸ ਜਿਹੜੇ ਆ ਉਹ ਸਟਾਰਟ ਕਰੀਏ, ਪਰ ਹਮੇਸ਼ਾ ਮੈਨੂੰ ਹੈਜੀਟੇਸ਼ਨ ਹੁੰਦੀ ਸੀ ਕਿ ਅਸੀਂ ਕਿਹਨੂੰ ਪੁੱਛੀਏ। ਪਰ ਮੈਨੂੰ ਬਹੁਤ ਖੁਸ਼ੀ ਹੋਈ ਕਿ ਵਨ ਆਫ ਦ ਬੈਸਟ ਆਊਟਲੈਟ ਜੋ ਕਿ ਅੰਮ੍ਰਿਤਸਰ ਦੇ ਵਿੱਚ ਮੌਜੂਦ ਆ, ਅਤੇ ਉਹਨਾਂ ਨੇ ਸਾਨੂੰ ਜਿਹੜਾ ਆਪਸ਼ਨ ਦਿੱਤੀ ਕਿ ਵੀ ਕੈਨ ਕੀਪ ਡੋਨੇਸ਼ਨ ਬਾਕਸ ਐਟ ਅੰਮ੍ਰਿਤਸਰ। ਸਾਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਜਿਹੜੇ ਵੀ ਮੈਨੂੰ ਸੁਣ ਰਹੇ ਹੋ, ਜਾਂ ਤੁਸੀਂ ਅੰਮ੍ਰਿਤਸਰ ਜੇ ਵਿਜ਼ਿਟ ਕਰ ਰਹੇ ਹੋ, ਅਤੇ ਤੁਸੀਂ ਫਲੋਰਨ ਫੈਰੀ ਸਰਚ ਕਰਕੇ ਗੂਗਲ 'ਤੇ, ਅਤੇ ਤੁਸੀਂ ਇਸ ਲੋਕੇਸ਼ਨ 'ਤੇ ਆ ਕੇ ਜਿਹੜਾ ਸਾਡੇ ਕੌਜ਼ ਨੂੰ ਤੁਸੀਂ ਡੋਨੇਸ਼ਨ ਜਿਹੜੀ ਆ ਉਹ ਡੈਡੀਕੇਟ ਕਰ ਸਕਦੇ ਹੋ। ਤੁਸੀਂ ਸਾਨੂੰ ਡੋਨੇਸ਼ਨ ਕਰਨੀ ਹੋਵੇ, ਤੁਸੀਂ ਆਪਣਾ ਕੋਈ ਕੰਟਰੀਬਿਊਸ਼ਨ ਪਾਉਣਾ ਹੋਵੇ, ਅਤੇ ਤੁਸੀਂ ਫਲੋਰਨ ਫੈਰੀ ਅੰਮ੍ਰਿਤਸਰ ਦੇ ਵਿੱਚ ਤੁਸੀਂ ਆ ਕੇ ਕਰ ਸਕਦੇ ਹੋ। ਇੱਥੇ ਅਸੀਂ ਆਪਣਾ ਇੱਕ ਡੋਨੇਸ਼ਨ ਬਾਕਸ ਜਿਹੜਾ ਰੱਖਿਆ, ਸੋ ਥੋੜ੍ਹਾ ਜਿਹਾ ਮੈਂ ਇਹ ਦਿਖਾਉਣਾ ਵੀ ਚਾਹੁੰਦੀ ਤੁਹਾਨੂੰ ਇਸ ਸ਼ੌਪ ਨੂੰ, ਕਿ ਬਹੁਤ ਹੀ ਅੱਛਾ ਸਿਲੈਕਸ਼ਨ ਆ। ਸੋ ਆਮ ਵੈਰੀ ਥੈਂਕਫੁਲ ਕਿ ਤੁਸੀਂ ਸਾਡੇ ਨਾਲ ਜੁੜੇ ਹੋ, ਅਤੇ ਅੱਜ ਦੀ ਇਸ ਨਵੀਂ ਸ਼ੁਰੂਆਤ 'ਚ ਤੁਸੀਂ ਸਾਡੇ ਨਾਲ ਹੋ। ਸੋ ਜਿਵੇਂ ਕਿ ਮੈਂ ਦੱਸ ਰਹੀ ਸੀ ਕਿ ਅਸੀਂ ਫਲਾਰ ਫੈਰੀ ਬੇਕਰੀ ਦੇ ਵਿੱਚ ਅਸੀਂ ਅੱਜ ਇੱਥੇ ਮੌਜੂਦ ਹਾਂ, ਅਤੇ ਇੱਥੇ ਪ੍ਰਵੇਜ਼ ਜੋ ਕਿ ਰਨ ਕਰਦੇ ਨੇ, ਪ੍ਰਵੇਜ਼ ਅਤੇ ਅਭਿਰੁਚੀ ਇੱਕ ਕਪਲ ਆ ਜੋ ਅੰਮ੍ਰਿਤਸਰ ਦੇ, ਸਾਰਿਆਂ ਨੂੰ ਪਤਾ ਹੀ ਹੋਏਗਾ ਕਿ ਫਲੋਰਨ ਫੈਰੀ ਬਹੁਤ ਫੇਮਸ ਆ। ਅਤੇ ਇੱਥੇ ਅਸੀਂ ਆਪਣਾ ਜਿਹੜਾ ਡੋਨੇਸ਼ਨ ਬਾਕਸ ਅੱਜ ਤੋਂ ਅਸੀਂ ਸੈਟਅਪ ਕਰ ਰਹੇ ਹਾਂ, ਅਤੇ ਸਾਰਿਆਂ ਨੂੰ ਮੇਰੀ ਰਿਕੁਐਸਟ ਹੈ ਕਿ ਤੁਸੀਂ ਪਲੀਜ਼ ਇੱਥੇ ਵਿਜ਼ਿਟ ਕਰੋ, ਅਤੇ ਤੁਸੀਂ ਜਿਹੜਾ ਸਾਡਾ ਕੌਜ਼ ਆ 50,000 ਸ਼ੂ ਟੂ ਗਿਵ, ਉਹਦੇ ਵਿੱਚ ਤੁਸੀਂ ਜਿਹੜਾ ਉਹ ਕੰਟਰੀਬਿਊਟ ਕਰੋ। ਸੋ ਮੈਂ ਪ੍ਰਵੇਜ਼ ਨੂੰ ਵੀ ਆਪਣੇ ਨਾਲ ਲੈਣਾ ਚਾਹਾਂਗੀ, ਬਿਕੋਜ਼ ਇਹ ਬੈਟਰ ਦੱਸ ਸਕਦੇ ਆ ਕਿ ਕੀ ਇਹਨਾਂ ਦਾ ਸਟੋਰ ਆ ਜਾਂ ਕੀ ਇੱਥੇ ਆਪਸ਼ਨਸ ਅਵੇਲੇਬਲ ਆ, ਪਲੱਸ ਕਿੱਦਾਂ ਉਹਨਾਂ ਦੇ ਮਨ ਵਿੱਚ ਆਇਆ ਕਿ ਉਹ ਇਹ ਚੀਜ਼ ਜਿਹੜੀ ਆ ਇੱਥੇ ਸ਼ੁਰੂ ਕਰਨ, ਅਤੇ ਇੱਕ ਬਹੁਤ ਅੱਛੀ ਸ਼ੁਰੂਆਤ ਜਿਹੜੀ ਆ ਪ੍ਰਵੇਜ਼ ਨੇ ਸਾਨੂੰ ਪ੍ਰੋਵਾਈਡ ਕਰਤੀ ਆ। ਅਤੇ ਸਾਰਿਆਂ ਨੂੰ ਮੇਰੀ ਰਿਕੁਐਸਟ ਹੈ ਕਿ ਜੇ ਤੁਸੀਂ ਕਿਤੇ ਵੀ ਕੋਈ ਅੱਛੀ ਲੋਕੇਸ਼ਨ 'ਤੇ ਸਾਡਾ ਡੋਨੇਸ਼ਨ ਬਾਕਸ ਪਲੇਸ ਕਰਵਾ ਸਕਦੇ ਹੋ ਜਾਂ ਤੁਸੀਂ ਰੱਖ ਸਕਦੇ ਹੋ, ਅਤੇ ਮੈਂ ਇਸ ਲਾਈਵ ਵੀਡੀਓ 'ਚ ਆਪਣਾ ਫੋਨ ਨੰਬਰ, ਆਪਣੀ ਈਮੇਲ ਆਈ ਡੀ ਜਿਹੜੀ ਆ ਟੀਮ ਦੀ ਦਿੱਤੀ ਆ, ਤੁਸੀਂ ਸਾਨੂੰ ਕਾਲ ਕਰਕੇ ਪਲੀਜ਼ ਸਾਡੇ ਡੋਨੇਸ਼ਨ ਬਾਕਸ ਜਿਹੜੇ ਆ ਉਹ ਤੁਸੀਂ ਪਲੇਸ ਕਰਵਾਓ, ਤਾਂ ਕਿ ਅਸੀਂ ਵੱਧ ਤੋਂ ਵੱਧ ਜਿਹੜਾ ਉਹ ਸੰਸਥਾ ਨੂੰ ਕੰਟਰੀਬਿਊਟ ਕਰ ਸਕੀਏ। ਪ੍ਰਵੇਜ਼ ਮੇਰੇ ਨਾਲ ਆ, ਮੈਂ ਬੜੀ ਖੁਸ਼ ਹਾਂ ਉਹਨਾਂ ਨੂੰ ਅੱਜ ਲਾਈਵ ਲੈ ਕੇ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਅੰਮ੍ਰਿਤਸਰ, ਅਤੇ ਵੀ ਆਰ ਵੈਰੀ ਥੈਂਕਫੁਲ ਫੋਰ ਮੈਮ ਮਨਦੀਪ ਕੌਰ ਸਿੱਧੂ ਜੀ, ਜਿਨ੍ਹਾਂ ਨੇ ਸਾਨੂੰ ਇਹ ਕੀ ਕਹਿੰਦੇ ਨਵਾਜ਼ਿਆ ਜੀ ਕਿ ਇੱਥੇ ਅਸੀਂ ਸਟਾਰਟ ਕਰ ਸਕੀਏ, ਐਂਡ ਵੀ ਆਰ ਗਲੈਡ ਟੂ ਟੇਕ ਦਿਸ ਇਨੀਸ਼ੀਏਟਿਵ, ਐਂਡ ਆਈ ਵੁੱਡ ਰਿਕੁਐਸਟ ਐਵਰੀ ਵਨ ਟੂ ਬੀ ਅ ਪਾਰਟ ਆਫ ਇਟ। ਜਿੱਦਾਂ ਮੈਮ ਨੇ ਕਿਹਾ, ਮੈਮ ਨੇ ਬੜੇ ਕਾਈਂਡ ਵਰਡਸ ਦਿੱਤੇ ਜੀ ਸਾਡੇ ਬਾਰੇ, ਅਸੀਂ ਬਸ ਮਿਹਨਤ ਕਰ ਰਹੇ ਹਾਂ ਜੀ, ਅਤੇ ਸੱਚੀ ਨੀਅਤ ਨਾਲ ਜੇ ਸਮਾਜ ਦੀ ਵੀ ਸੇਵਾ ਨਾਲ ਹੋ ਸਕੇ, ਦੈਨ ਵੀ ਆਰ ਆਲਵੇਜ਼ ਰੈਡੀ ਟੂ ਡੂ ਦੈਟ, ਐਂਡ ਆਈ ਵੁੱਡ ਰਿਕੁਐਸਟ ਐਵਰੀ ਵਨ ਟੂ ਪਲੀਜ਼ ਵਿਜ਼ਿਟ ਅਸ, ਐਂਡ ਜਿੰਨਾ ਤੁਸੀਂ ਵੀ ਯੋਗਦਾਨ ਪਾ ਸਕਦੇ ਹੋ ਕਿਸੇ ਚੰਗੇ ਕਾਰਜ ਵਾਸਤੇ, ਮੇਰੇ ਖਿਆਲ ਨਾਲ ਕੋਈ ਕੰਜੂਸੀ ਨਹੀਂ ਹੋਣੀ ਚਾਹੀਦੀ। ਸੋ
ਮੈਮ ਤੇ ਵਧੀਆ ਕਰ ਹੀ ਰਹੇ ਸੋਸਾਇਟੀ ਵਾਸਤੇ ਜੇ ਅਸੀਂ ਵੀ ਥੋੜਾ ਜਿਹਾ ਯੋਗਦਾਨ ਦੇ ਦਈਏ ਤਾਂ ਵੀ ਆਰ ਪ੍ਰਾਊਡ ਟੂ ਡੂ ਦੈਟ ਥੈਂਕ ਯੂ ਵੈਰੀ ਮੱਚ ਜੀ ਸੋ ਵੈਰੀ ਨਾਈਸ ਆਈ ਥਿੰਕ ਕਿ ਇੱਥੇ ਤੁਸੀਂ ਵਿਜ਼ਿਟ ਕਰੋ ਅਤੇ ਪਰਵੇਜ਼ ਨੂੰ ਮਿਲਣ 'ਚ ਹੀ ਸਾਡਾ ਜਿਹੜਾ ਉਹ ਵਿਜ਼ਿਟ ਕੰਪਲੀਟ ਹੋ ਜੇ ਹੀ ਇਜ਼ ਸੱਚ ਅ ਨਾਈਸ ਪਰਸਨ ਅਤੇ ਬਹੁਤ ਅੱਛਾ ਜਿਹੜਾ ਟੇਸਟ ਆ ਅੰਮ੍ਰਿਤਸਰ ਨੂੰ ਇਸ ਬੇਕਰੀ ਨੇ ਦਿੱਤਾ ਹੈ ਅਤੇ ਬਹੁਤ ਬਿਊਟੀਫੁਲ ਕੇਕਸ ਆ ਜਿਹੜੇ ਅੰਮ੍ਰਿਤਸਰ ਨੂੰ ਇਸ ਬੇਕਰੀ ਨੇ ਦਿੱਤਾ ਆਈ ਥਿੰਕ ਆਲ ਦੀ ਫੈਨਸ ਆਫ ਫਲੋਰ ਫੈਰੀ ਸ਼ੁੱਡ ਕਮੈਂਟ ਔਨ ਦਿਸ ਵੀਡੀਓ ਕਿ ਇੱਥੇ ਜਿੱਦਾਂ ਪੂਰੀ ਸ਼ਾਮ ਨੂੰ ਭੀੜ ਲੱਗੀ ਹੁੰਦੀ ਹੈ ਜਦੋਂ ਹੈਪੀ ਆਰਸ ਹੁੰਦੇ ਨੇ ਅਤੇ ਐਵਰੀਬਡੀ ਸ਼ੁੱਡ ਹੈਲਪ ਐਂਡ ਸ਼ੁੱਡ ਕਮ ਫੋਰਵਰਡ ਕਿ ਤੁਸੀਂ ਸਾਨੂੰ ਡੋਨੇਸ਼ਨ ਬਾਕਸ ਪਲੇਸ ਕਰਨ 'ਚ ਹੈਲਪ ਕਰੋ ਮੈਨੂੰ ਬਹੁਤ ਖੁਸ਼ੀ ਹੈ ਕਿ ਸਭ ਤੋਂ ਪਹਿਲਾਂ ਅਸੀਂ ਆਪਣੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਬਾਕਸ ਰੱਖ ਸਕੇ ਹਾਂ ਅਤੇ ਮੈਂ ਤੁਹਾਨੂੰ ਦੁਬਾਰਾ ਇੱਕ ਵਾਰ ਬਾਕਸ ਦਿਖਾ ਦਿੰਦੀ ਕਿਤੇ ਵੀ ਤੁਸੀਂ ਭਾਵੇਂ ਦੂਸਰੀ ਕੰਟਰੀ ਦੇ ਵਿੱਚ ਹੋ ਦੂਸਰੀ ਸਟੇਟ ਦੇ ਵਿੱਚ ਹੋ ਦੂਸਰੇ ਜ਼ਿਲ੍ਹੇ ਦੇ ਵਿੱਚ ਹੋ ਦੂਸਰੇ ਪਿੰਡ ਦੇ ਵਿੱਚ ਹੋ ਅਤੇ ਜੇ ਤੁਸੀਂ ਕਿਤੇ ਵੀ ਆਪਣੀ ਸ਼ੋਪ 'ਤੇ ਜਾਂ ਤੁਸੀਂ ਆਪਣੀ ਆਊਟਲੈਟ 'ਤੇ ਸਾਡਾ ਡੋਨੇਸ਼ਨ ਬਾਕਸ ਜਾਂ ਆਪਣੀ ਕੰਪਨੀ ਦੇ ਵਿੱਚ ਪਲੇਸ ਕਰਵਾ ਸਕਦੇ ਹੋ ਅਤੇ ਜ਼ਰੂਰ ਸਾਨੂੰ ਕੋਂਟੈਕਟ ਕਰੋ ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹੋਵਾਂਗੇ ਕਿ ਤੁਸੀਂ 50,000 ਸ਼ੂ ਟੂ ਗਿਵ ਮਿਸ਼ਨ ਦੇ ਵਿੱਚ ਸਾਡਾ ਸਾਥ ਦੇ ਰਹੇ ਹੋ ਜਾਂ ਓਵਰਆਲ ਸੰਸਥਾ ਦੇ ਓਪਰੇਸ਼ਨਲ ਖਰਚਿਆਂ ਨੂੰ ਕਵਰ ਕਰਨ ਲਈ ਜਿਹੜਾ ਸਾਡਾ ਸਾਥ ਦੇ ਰਹੇ ਹੋ ਅਤੇ ਮੈਂ ਤੁਹਾਡੀ ਸਾਰਿਆਂ ਦੀ ਬਹੁਤ ਧੰਨਵਾਦੀ ਹੋਵਾਂਗੀ ਸਾਡਾ ਏਜ ਗਰੁੱਪ ਜਾਂ ਕਹਿ ਲਓ ਕਿ ਅੱਜ ਦਾ ਯੂਥ ਜਦੋਂ ਇਸ ਤਰ੍ਹਾਂ ਦੇ ਨਵੇਂ ਆਈਡੀਆ ਸੋਚਦਾ ਹੈ ਜਾਂ ਇਸ ਤਰ੍ਹਾਂ ਦੀਆਂ ਨਵੀਆਂ ਓਪਰਚੁਨਿਟੀਜ਼ ਦਿੰਦਾ ਹੈ ਜਾਂ ਸਾਨੂੰ ਰਲ ਕੇ ਕੰਮ ਕਰਨ ਬਾਰੇ ਇਸ ਤਰ੍ਹਾਂ ਦੀ ਸੋਚ ਰੱਖਦਾ ਹੈ ਅਤੇ ਮੈਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਮੋਢੇ ਨਾਲ ਮੋਢਾ ਜੋੜ ਕੇ ਲੱਗਦਾ ਕਿ ਹਾਂ ਅਸੀਂ ਹੋਰ ਵਧੀਆ ਕੰਮ ਕਰ ਸਕਦੇ ਹਾਂ ਅਸੀਂ ਹੋਰ ਅੱਛੀ ਜਿਹੜੀ ਉਹ ਕਲੈਕਸ਼ਨ ਕਰ ਸਕਦੇ ਹਾਂ ਜਿਹਦੇ ਨਾਲ ਅੱਗੋਂ ਜਿਹੜਾ ਆਪਣਾ ਵੱਡਾ ਟਾਰਗੇਟ ਜਿਹੜਾ ਉਹ ਅਚੀਵ ਹੋ ਸਕਦਾ ਸੋ ਲਾਸਟ ਵਿੱਚ ਮੈਂ ਫਿਰ ਇੱਕ ਵਾਰ ਡੋਨੇਸ਼ਨ ਬਾਕਸ ਦਿਖਾਉਣਾ ਚਾਹਾਂਗੀ ਸੋ ਅੰਮ੍ਰਿਤਸਰ ਦੇ ਸਾਰੇ ਜਿਹੜੇ ਰੈਜ਼ੀਡੈਂਟਸ ਆ ਉਹਨਾਂ ਨੂੰ ਰਿਕੁਐਸਟ ਆ ਕਿ ਤੁਸੀਂ ਪਲੀਜ਼ ਲੰਘਦੇ ਆਉਂਦੇ ਇੱਥੋਂ ਜ਼ਰੂਰ ਫਲੋਰ ਫੈਰੀ ਅਤੇ ਸਰਕੂਲਰ ਰੋਡ 'ਤੇ ਇਹ ਸਥਿਤ ਆ ਇਹ ਪਲੇਸ ਅਤੇ ਤੁਸੀਂ ਨੈੱਟ 'ਤੇ ਵੀ ਸਰਚ ਕਰ ਸਕਦੇ ਹੋ ਅਤੇ ਤੁਸੀਂ ਜ਼ਰੂਰ ਇੱਥੇ ਵਿਜ਼ਿਟ ਕਰਕੇ ਕੰਟਰੀਬਿਊਸ਼ਨ ਜਿਹੜਾ ਆਪਣਾ ਦਿਓ 50,000 ਸ਼ੂ ਟੂ ਗਿਵ ਜਿਨ੍ਹਾਂ ਨੂੰ ਦੂਰ ਲੱਗਦੀ ਹੈ ਸਾਡੀ ਐਨ ਜੀ ਓ ਜਿਵੇਂ ਕਿ ਅਸੀਂ ਪਿੰਡ 'ਚ ਰਹਿੰਦੇ ਅਤੇ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਹਰ ਸਿਟੀ ਦੇ ਵਿੱਚ ਜਿਹੜੀ ਆ ਇੱਕ ਖਾਸ ਲੋਕੇਸ਼ਨ 'ਤੇ ਆਪਣਾ ਜਿਹੜਾ ਡੋਨੇਸ਼ਨ ਬਾਕਸ ਜਿਹੜਾ ਪਲੇਸ ਕਰੀਏ ਤਾਂ ਕਿ ਤੁਹਾਡਾ ਕੰਟਰੀਬਿਊਸ਼ਨ ਸਾਡੇ ਤੱਕ ਪਹੁੰਚ ਸਕੇ ਇਸ ਚੀਜ਼ ਨੂੰ ਅਸੀਂ ਯੂਨੋ ਈਜ਼ੀ ਕਰ ਸਕੀਏ ਸੋ ਬਹੁਤ ਬਹੁਤ ਸ਼ੁਕਰੀਆ ਮਨਦੀਪ ਕੌਰ ਸਿੱਧੂ ਅਤੇ ਅੰਮ੍ਰਿਤਸਰ ਦੇ ਨਿਵਾਸੀ ਪਲੀਜ਼ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨ ਤਾਂ ਕਿ ਅੰਮ੍ਰਿਤਸਰ 'ਚ ਸਾਡਾ ਵੱਧ ਤੋਂ ਵੱਧ ਜਿਹੜਾ ਉਹ ਇਹ ਪਤਾ ਲੱਗੇ ਕਿ ਹਾਂ ਅੰਮ੍ਰਿਤਸਰ 'ਚ ਇੱਕ ਲੋਕੇਸ਼ਨ ਹੈਗੀ ਆ ਜਿਹਦੇ ਨਾਲ ਤੁਸੀਂ 50,000 ਸ਼ੂ ਟੂ ਗਿਵ ਮਿਸ਼ਨ ਦੇ ਵਿੱਚ ਸਾਡਾ ਸਾਥ ਦੇ ਸਕਦੇ ਹੋ ਅਤੇ ਦੂਸਰੇ ਜਿਹੜੇ ਸਿਟੀਜ਼ ਆ ਉਹ ਵੀ ਪਲੀਜ਼ ਉਹਨਾਂ ਨੂੰ ਰਿਕੁਐਸਟ ਆ ਜੇ ਤੁਹਾਨੂੰ ਜੇ ਸਾਨੂੰ ਕੋਈ ਫੋਲੋ ਕਰ ਰਿਹਾ ਤਾਂ ਸਾਡੇ ਡੋਨੇਸ਼ਨ ਬਾਕਸ ਜਿਹੜੇ ਆ ਆਪਣੇ ਸਿਟੀਜ਼ ਦੇ ਵਿੱਚ ਵੀ ਪਲੇਸ ਕਰਾਉਣ 'ਚ ਸਾਡੀ ਜਿਹੜੀ ਆ ਜ਼ਰੂਰ ਹੈਲਪ ਕਰੋ ਸੋ ਬਹੁਤ ਬਹੁਤ ਸ਼ੁਕਰੀਆ ਮਨਦੀਪ ਕੌਰ ਸਿੱਧੂ